Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਝਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜੰਗੇ ਆਜ਼ਾਦੀ ਦੇ ਤੀਜੇ ਪੜਾਅ ਦਾ ਉਦਘਾਟਨ। ਅਕਾਲੀ ਦਲ ਨੇ ਵੀ ਕੀਤਾ ਰਵਿਦਾਸ ਭਾਈਚਾਰੇ ਦਾ ਸਮਰਥਨ। ਕਾਲਜ ਪ੍ਰਧਾਨਗੀ ਨੂੰ ਲੈ ਕੇ ਚੱਲੀ ਗੋਲੀ, ਨੌਜਵਾਨ ਦੀ ਮੌਤ। ਭਾਰਤ ਪਾਕ ਸੰਬੰਧਾਂ ਨੂੰ ਲੈ ਕੇ ਕਰਵਾਇਆ ਸੈਮੀਨਾਰ। ਅਤੇ ਬਠਿੰਡਾ 'ਚ ਲੱਖਾਂ ਦੀ ਗਿਣਤੀ 'ਚ ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਬਾਕੀ ਦੀਆਂ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਥਿਤ ਜੰਗੇ ਆਜ਼ਾਦੀ ਦੇ ਤੀਸਰੇ ਪੜਾਅ ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ 'ਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਅਤੇ ਜੰਗੇ ਆਜ਼ਾਦੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਬਰਜਿੰਦਰ ਸਿੰਘ ਹਮਦਰਦ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਪੰਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਮੌਜੂਦ ਸਨ। ਅਜੀਤ ਅਖਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਾਲੀ ਟੀਮ ਨੂੰ ਇਸ ਵਿਲੱਖਣ ਸੰਕਲਪ ਨੂੰ ਮੂਰਤੀਮਾਨ ਕਰਨ ਲਈ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰਤੀ ਆਜ਼ਾਦੀ ਸੰਘਰਸ਼ ਦੇ ਅਡੋਲ ਜਜ਼ਬੇ ਬਾਰੇ ਪ੍ਰੇਰਿਤ ਕਰਦਾ ਰਹੇਗਾ। ਅੱਜ ਸਾਡੇ ਲਈ ਬਹੁਤ ਸੰਤੁਸ਼ਟੀ ਵਾਲੀ ਇੱਕ ਗੱਲ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੇ ਇਸ ਸ਼ਹੀਦਾਂ ਦੀ ਯਾਦ ਵਿੱਚ ਜੋ ਯਾਦਗਾਰ ਹੈ ਉਸਾਰੀ ਗਈ ਹੈ, ਉਸ ਦੇ ਤੀਸਰੇ ਪੜਾਅ ਦਾ ਜਿਹੜਾ ਕਿ ਮੇਨ ਤੀਸਰਾ ਪੜਾਅ ਸੀ, ਹਜੇ ਵੀ ਉਹਦੇ ਵਿੱਚ ਬਹੁਤ ਕੁਛ ਹੋਣ ਵਾਲਾ, ਅਸੀਂ ਕਰਾਂਗੇ ਅੱਗੋਂ ਕ੍ਰੀਏਟਿਵ ਹੋ ਕੇ, ਉਸ ਦਾ ਉਹਨਾਂ ਨੇ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਮਿਨਾਰੇ ਸ਼ਹੀਦਾਂ ਦੇ ਵਿੱਚ ਉਸ ਸਮੇਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਇਸ ਦਾ ਵਿਧੀਵਤ ਉਦਘਾਟਨ ਕੀਤਾ। ਮੈਨੂੰ ਇਹ ਯਾਦ ਆ ਰਿਹਾ ਕਿ ਪਹਿਲਾਂ ਇੱਕ ਵਾਰੀ ਅਸੀਂ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜ਼ਰੂਰ ਭਾਵੇਂ ਥੋੜ੍ਹੇ ਸਮੇਂ ਲਈ ਹੀ ਆਓ, ਇੱਥੇ ਜ਼ਰੂਰ ਦੇਖ ਕੇ ਜਾਓ। ਇਹ ਆਪਣੀ ਤਰ੍ਹਾਂ ਦਾ ਇੱਕ ਪ੍ਰਣਾਮ ਹੈ ਸਾਡੇ ਜਿਹੜੀਆਂ ਵਿਛੜੀਆਂ ਰੂਹਾਂ, ਜਿਨ੍ਹਾਂ ਨੇ ਬਹੁਤ ਕੁਛ ਦੇਸ਼ ਇਸ ਲਈ ਕੀਤਾ। ਇਹਨਾਂ ਨੇ ਇੱਕਦਮ ਕਿਹਾ ਕਿ ਮੈਂ ਜ਼ਰੂਰ ਆਊਂਗਾ। ਉਸ ਵੇਲੇ ਆ ਕੇ ਉਹਨਾਂ ਨੇ ਬਹੁਤ ਦਿਲਚਸਪੀ ਨਾਲ, ਡੂੰਘਾਈ ਨਾਲ ਇਹ ਸਾਰੇ ਆਪ ਇਸ ਨੂੰ ਦੇਖਿਆ। ਬੜੇ ਉਹ ਭਾਵੁਕ ਵੀ ਹੋਏ, ਖੁਸ਼ ਵੀ ਹੋਏ ਕਿ ਸਹੀ ਅਰਥਾਂ 'ਚ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਹ ਭੇਂਟ ਕਰ ਸਕੇ ਹਾਂ। ਪੰਜਾਬ ਵੱਲੋਂ ਇੱਕ ਇਹ ਉਹਨਾਂ ਨੂੰ ਬਹੁਤ ਅਨੋਖੀ ਸ਼ਰਧਾਂਜਲੀ, ਅਤੇ ਨਾਲ ਹੀ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਕਿੰਨਾ ਹੋ ਚੁੱਕਾ ਇਹਦਾ ਦੱਸੋ। ਮੈਂ ਕਿਹਾ ਜੀ ਇਹ ਤਿੰਨ ਪੜਾਵਾਂ 'ਚ ਹੋਣਾ ਸੀ, ਅਤੇ ਦੂਸਰੇ ਪੜਾਅ ਦਾ ਇਹ ਪਹਿਲਾ ਪੜਾਅ ਹੈ ਜਿਹੜਾ ਤੁਸੀਂ ਹੁਣ ਦੇਖਿਆ। ਮੇਰੀ ਇੱਛਾ ਸੀ ਤੁਸੀਂ ਆਓ, ਦੂਸਰੇ ਪੜਾਅ ਦਾ ਅਸੀਂ ਹਜੇ ਇਹਨੂੰ ਖਤਮ ਹਜੇ ਕਰਾਂਗੇ, ਉਹ ਤੁਹਾਡੇ ਸਹਿਯੋਗ ਦੀ ਲੋੜ ਆ। ਪਹਿਲੀ ਸਰਕਾਰ ਬਾਦਲ ਸਾਹਿਬ ਨੇ ਵੀ ਬੜਾ ਇਹਦੇ ਸਹਿਯੋਗ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਬਿਲਕੁਲ ਸਾਡਾ ਪੂਰਾ ਸਹਿਯੋਗ ਭਾਵਨਾਵਾਂ ਤੁਹਾਡੇ ਨਾਲ, ਅਤੇ ਦੂਸਰਾ ਪੜਾਅ ਤੁਸੀਂ ਛੇਤੀ ਖਤਮ ਕਰੋ ਅਤੇ ਮੈਂ ਦੂਜੇ ਪੜਾਅ 'ਤੇ ਵੀ ਜ਼ਰੂਰ ਆਊਂਗਾ। ਉਸ ਤੋਂ ਬਾਅਦ
ਸਾਨੂੰ ਇਹਨਾਂ ਵੱਲੋਂ ਸਾਰੇ ਸਰਕਾਰ ਦੇ ਸਾਥੀਆਂ ਵੱਲੋਂ ਬਹੁਤ ਸਹਿਯੋਗ ਮਿਲਿਆ। ਅਸੀਂ ਦੂਸਰਾ ਪੜਾਅ ਜਿਹੜਾ ਇਹਦਾ ਉਹ ਖਤਮ ਕੀਤਾ ਅਤੇ ਫਿਰ ਮੈਂ ਬੇਨਤੀ ਕੀਤੀ ਅਤੇ ਇਹਨਾਂ ਕਿਹਾ ਵੀ ਕੋਈ ਦਿਨ ਰੱਖੋ, ਮੈਂ ਆਊਂਗਾ ਵੀ, ਪੂਰਾ ਸਮਾਂ ਕੱਢ ਕੇ ਵੀ ਆਊਂਗਾ। ਅਤੇ ਮੇਰੀ ਇਹ ਇੱਛਾ ਹੈ ਕਿ ਵੱਧ ਤੋਂ ਵੱਧ ਅੱਜ ਅਸੀਂ ਸੀਮਤ ਜੇ ਆਪਣੇ ਤੁਹਾਨੂੰ ਬੁਲਾਇਆ, ਪਰ ਇਹਨਾਂ ਕਿਹਾ ਵੀ ਮੇਰੀ ਇੱਛਾ ਕਿ ਵੱਧ ਤੋਂ ਵੱਧ ਜਿਹੜੇ ਦੇਖਣ ਮਤਲਬ ਇਹ ਆਉਣ ਇਸ ਜਿਹੜੇ ਉਦਘਾਟਨੀ ਸਮਾਰੋਹ 'ਤੇ। ਅਤੇ ਮੈਨੂੰ ਯਾਦ ਹੈ ਬਾਹਰ ਅਸੀਂ ਕੀਤਾ ਅਤੇ ਉੱਥੋਂ ਉਸ ਵੇਲੇ ਮੇਰਾ ਖਿਆਲ 50,000 ਤੱਕ ਦੇ ਕਰੀਬ, ਜੇ ਮੈਂ ਭੁੱਲਦਾ ਨਹੀਂ, ਅਤੇ ਬੜਾ ਉਤਸ਼ਾਹ ਨਾਲ ਸਾਰੇ ਦੂਰੋਂ ਦੂਰੋਂ ਸਾਰੇ ਦੇਖਣ ਆਏ ਸੀ। ਅਤੇ ਉਸ ਵੇਲੇ ਮੈਨੂੰ ਕੈਪਟਨ ਸਾਹਿਬ ਨੇ ਕਿਹਾ ਵੀ ਇਹਦਾ ਤੀਸਰਾ ਪੜਾਅ ਦਾ ਤੁਸੀਂ ਕੀ ਕਰਨਾ। ਮੈਂ ਕਿਹਾ ਜੀ ਤੀਸਰਾ ਪੜਾਅ ਤਾਂ ਤੁਹਾਡੇ ਸਹਿਯੋਗ ਨਾਲ ਹੀ ਬਣਨਾ, ਤੁਸੀਂ ਜੇ ਚਾਹੋਗੇ ਤਾਂ ਜ਼ਰੂਰ ਬਣਾਵਾਂਗੇ। ਉਹ ਕਹਿੰਦੇ ਜੀ ਹੁਣ ਤੁਹਾਡੀ ਡਿਊਟੀ ਹੈ। ਮੈਂ ਇੱਥੇ ਅਨਾਊਂਸ ਕਰ ਚੱਲਿਆ, ਜਿੰਨੇ ਪੈਸਿਆਂ ਦੀ ਲੋੜ ਆ ਤੁਸੀਂ ਦੱਸੋ, ਮੈਂ ਉਹ ਅਨਾਊਂਸ ਕਰ ਦਿੰਦਾ, ਅਤੇ ਜਿੰਨੀ ਰਕਮ ਮੈਂ ਉਦੋਂ ਕਹੀ ਇਹਨਾਂ ਨੇ ਬਿਲਕੁਲ ਉਦੋਂ ਹੀ ਅਨਾਊਂਸ ਕੀਤਾ ਕਿ ਤੀਸਰਾ ਪੜਾਅ ਮੈਂ ਇਹ ਮੇਰੀ ਇੱਛਾ, ਮੇਰੀ ਇਹ ਹਦਾਇਤ ਆ। ਮੈਂ ਹਮਦਰਦ ਸਾਹਿਬ ਨੂੰ ਕਹਿੰਦਾ ਕਿ ਇਹ ਜ਼ਰੂਰ ਹੈ ਸੀਮਤ ਸਮੇਂ 'ਚ, ਨਿਸ਼ਚਿਤ ਸਮੇਂ 'ਚ ਇਹ ਪੂਰਾ ਕਰਨ। ਉਸ ਤੋਂ ਬਾਅਦ ਸਾਨੂੰ ਬੜਾ ਸਹਿਯੋਗ ਮਿਲਿਆ ਅਤੇ ਤੀਸਰਾ ਪੜਾਅ ਦਾ ਉਦਘਾਟਨ ਵੀ, ਮੈਨੂੰ ਇਸ ਗੱਲ ਦੀ ਬਹੁਤ ਸੰਤੁਸ਼ਟੀ ਹੈ ਕਿ ਉਹਨਾਂ ਦੇ ਸਹਿਯੋਗ ਨਾਲ, ਸਰਕਾਰ ਦੇ ਹਰ ਤਰ੍ਹਾਂ ਦਾ ਸਹਿਯੋਗ ਸਾਨੂੰ ਇਸ ਪ੍ਰੋਜੈਕਟ ਲਈ ਮਿਲਿਆ। ਅਸੀਂ ਤੀਸਰਾ ਪੜਾਅ ਜਿਹੜਾ ਅੱਜ ਉਹਨਾਂ ਤੋਂ ਇਸ ਦਾ ਉਦਘਾਟਨ ਕਰਾਇਆ। ਖੁਸ਼ੀ ਦਾ ਦਿਨ ਕਿ ਇੱਕ ਬਹੁਤ ਵੱਡਾ ਪੜਾਅ ਆਪਾਂ ਟੱਪ ਕੇ, ਅਸੀਂ ਨਹੀਂ ਸਰ ਬਰਜਿੰਦਰ ਸਿੰਘ, ਇਹਨਾਂ ਦੀ ਮਿਹਨਤ, ਇਹਨਾਂ ਦੀ ਹਿੰਮਤ, ਇਹਨਾਂ ਦੀ ਸੋਚ, ਔਰ ਇਹਨਾਂ ਨੇ ਫਿਰ ਕੰਮ ਕਰਾ ਕੇ ਆ ਦਿੱਤਾ। ਲੇਕਿਨ ਜਦੋਂ ਮੈਂ ਇਹਨਾਂ ਨਾਲ ਜਾ ਰਿਹਾ ਸੀ, ਪਹਿਲਾਂ ਵੀ ਦੇਖਿਆ ਹੁਣ ਵੀ, ਆਪਾਂ ਆਪਣੇ ਆਜ਼ਾਦੀ ਦਾ ਇਤਿਹਾਸ ਬਾਰੇ ਜ਼ਰੂਰ ਸੋਚਦੇ ਹਾਂ, ਲੇਕਿਨ ਜੋ ਕੁਛ ਹੋਇਆ, ਜੋ ਉਹਦੀ ਡੀਟੇਲਸ ਨੇ, ਉਹ ਸ਼ਾਇਦ ਆਪਾਂ ਭੁੱਲ ਜਾਂਦੇ ਜਾਂ ਯਾਦ ਨਹੀਂ ਕਰਦੇ ਜਾਂ ਕਈਆਂ ਨੂੰ ਪਤਾ ਨਹੀਂ। ਤਾਂ ਹੀ ਲੋੜ ਸੀ ਇਹੋ ਜਿਹੇ ਇੱਕ, ਮੈਂ ਕੀ ਕਹਾਂ, ਇੱਕ ਕਿਸਮ ਦਾ ਲੋਕਾਂ ਦਾ ਯਾਦਗਾਰ ਤਾਂ ਹੈ ਹੀ, ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਇੱਕ ਇਸ ਕਿਸਮ ਦਾ ਯਾਦਗਾਰ, ਜੋ ਉਹ ਸਮਝ ਸਕਣ ਕਿ ਕੀ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਕੀ ਸਾਡੀ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ। ਇਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਨੇ, ਵਿਰਾਸਤ ਏ ਖਾਲਸਾ ਹੋਵੇ ਜਾਂ ਜੰਗ ਆਜ਼ਾਦੀ ਹੋਵੇ ਜਾਂ ਇਹ ਤੁਹਾਡੀ ਪਾਰਟੀਸ਼ਨ ਮਿਊਜ਼ੀਅਮ ਹੋਵੇ, ਇਹ ਇਤਿਹਾਸ ਹੈ। ਔਰ ਇਹ ਆਪਾਂ ਹਰ ਵੇਲੇ ਇਸ ਗੱਲ ਨੂੰ ਸਾਹਮਣੇ ਆਪਾਂ ਨੂੰ ਰੱਖਣਾ ਚਾਹੀਦਾ, ਤਾਂ ਕਿ ਆਉਣ ਵਾਲੀ ਪੀੜ੍ਹੀਆਂ, ਮੈਂ ਆਪ ਇਸ ਦਾ ਇਹਨੂੰ ਦੇਖ ਕੇ ਮੇਰਾ ਦਿਲ ਭਰਿਆ ਕਿ ਕਿੱਥੇ ਕੀ ਕੁਛ ਆਪਣੇ ਬੰਦਿਆਂ ਨੇ ਗੁਜ਼ਰੇ ਹੈ ਤਾਂ ਕਿ ਇਹ ਆਜ਼ਾਦੀ ਆਪਣੀ ਆਵੇ। ਮੈਂ ਗਿਆ ਸੀ ਸੈਲੂਲਰ ਜੇਲ੍ਹ ਦੇ ਵਿੱਚ, ਜਿਹੜੀ ਅੱਜ ਉਦਘਾਟਨ ਜਿਹੜਾ ਸਰ ਬਰਜਿੰਦਰ ਸਿੰਘ ਜੀ ਨੇ ਇਹ ਬਣਾਇਆ ਹੈ। ਜਲਿਆਂਵਾਲਾ ਬਾਗ ਤਾਂ ਆਪਾਂ ਹਰ ਸਾਲ ਜਾਂਦੇ ਹਾਂ, ਲੇਕਿਨ ਮੈਂ ਗਿਆ ਸੀ ਉਦੋਂ ਜਦੋਂ ਸੁਨਾਮੀ ਆਈ ਸੀ, ਅਤੇ ਪੰਜਾਬ ਨੇ ਦੋ ਉਹਨਾਂ ਦੇ ਐਂਡਮਨ ਆਈਲੈਂਡਸ ਦੇ ਵਿੱਚ ਕਈ ਉੱਥੇ ਟਾਪੂ ਨੇ, ਔਰ ਦੋ ਤਿੰਨ ਅਸੀਂ ਦਿੱਤੇ ਜਿੱਥੇ ਪੰਜਾਬੀ ਵੱਸ ਰਹੇ ਨੇ। ਪੰਜਾਬੀ ਤਾਂ ਸਾਰੇ ਕਿਤੇ ਜਾਂਦੇ ਨੇ, ਪਰ ਉੱਥੇ ਵੱਸ ਰਹੇ ਸੀ, ਕੁਛ ਐਕਸ ਸਰਵਿਸਮੈਨ ਸੀ, ਕੁਛ ਹੋਰ ਸੀ। ਉਹਨਾਂ ਦਾ ਸਕੂਲ ਵੀ ਢਹਿ ਗਿਆ, ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਢਹਿ ਗਿਆ, ਬਿਲਡਿੰਗਾਂ ਵੀ ਢਹਿ ਗਈਆਂ ਸੁਨਾਮੀ ਦੇ ਵਿੱਚ। ਅਤੇ ਪੰਜਾਬ ਨੇ ਉਹ ਲੈ ਕੇ, ਅਸੀਂ ਜਾ ਕੇ ਫਿਰ ਉਹਨਾਂ ਦਾ ਸਭ ਕੁਛ ਠੀਕ ਠਾਕ ਕਰਾਇਆ। ਪਰ ਉਹ ਮੌਕਾ ਮਿਲਿਆ ਮੈਨੂੰ ਪੋਰਟ ਬਲੇਅਰ ਜਾਣ ਦਾ, ਔਰ ਐਂਡਮਨ ਜਾਣ ਦਾ, ਉੱਥੇ ਇਹ ਦੇਖਣ ਨੂੰ ਸੈਲੂਲਰ ਜੇਲ੍ਹ। ਪੂਰਾ ਦਿਨ ਲਾਇਆ ਉੱਥੇ ਘੁੰਮਣ 'ਚ।
एक बंदा एक नू मैं जानता सी सर पृथ्वी सिंह आजाद मैं छोटा सी पर उन्होंने मिले उतों तकरीबन अखीरले दौर दे विच ही उत्थे गए होने हैं क्योंकि वो एक बार कोई काला पानी की सज़ा चला जाता सी कि वापस नहीं आता सी फिर लेकिन वो आज़ादी आ गई आज़ादी तो बाद फिर ये सारे जेड़े थोड़े बहुत रह गए से वो छुट गए लेकिन जब मैं देख रहा सी उत्थे दफ्तर च कि किन्ना किन्ना दे नाम उरे लिखे हुए ने मैनू शर्म आई कि एक नाम नहीं मैं पछाणिया पता नहीं सी कौन सी और उदों दा मेरे मन च रहा सी कि कदे ना कदे इन्हां दी यादगार बनाईए ताकि वो लोग जिन्होंने अपनी कुर्बानियां दित्तियां अपनी जानां दित्तियां अपने पंजाब लई और अपने हिंदुस्तान नूं आजाद कराउण लई असी उन्हां नूं भुल जाईए अज तुहानूं वधाई होए तुहानूं साहिब रविंदर सिंह जी तुसीं उन्हां मासूम लोगों नूं मैं कहूँगा कि दिल भर जांदा जदों देखिया कि की कुछ हो रहा है और तुसीं जब देखोगे उत्थे जाके थोड़ा भी दिल भरू पता नहीं अज किसी ने देखे हूँ तो या नहीं जिस तरीके नाल मार कुटाई हो रही है सब कुछ हो रहा है और अंत विच तां पता नहीं कित्थे सिड़दे से उन्हां नूं ना उत्थे कोई मुसलमान मरदा सी ईसाई मरदा सी उहदी कोई उत्थे कब्रिस्तान है ना उत्थे कोई लकड़ है बस वह नारियल के पेड़ ने उत्थे जिहड़े साडे कोई मर जांदे से कौन संस्कार करदा सी उन्हां नूं मेरे कोल ही समुद्र दे विच सिड़दे ने होने इस किस्म दा कम सी और अफसोस है कि इन्ने 73 साल लगे ने कल नूं 73वां अपना आज़ादी का दिहाड़ा है और ये किसी ने पहला याद नहीं किया कि यह गल आपां नूं करनी चाहिए है अज थोड़ी बहुत बहुत थोनू वधाई असी तो सिर्फ थोड़ी मदद की है हिम्मत तो थोड़ी रही सब कुछ और तुसी हो जिन्हां ने सिरे चढ़ाया अज पंजाब दे मानयोग मुख्यमंत्री कैप्टन अमरिंदर सिंह जी ने जंगे आज़ादी के तीसरे पड़ाव का अपने घर कमलों नाल उद्घाटन किया है बहुत ही इतिहासिक दिन है क्योंकि जंगे आज़ादी जिहड़े साडे शहीदां दी जिहड़ी उन्हां दी यादगार है उन्हां दा एक सतंभ है और इस दे विच तुसीं अगर देखो तो अज क्योंकि जलियांवाले बाग का भी 100 साल असीं इन्हां दिनां च मना रहे हैं तो यह बहुत वड्डी गल है क्योंकि ये जिहड़ी तीसरा पड़ाव है उहदे विच विशेष तौर पर जलियांवाले बाग का जिक्र है तो मैं जिथे डॉक्टर बरजिंदर सिंह जी हमदर्द जिन्हां दी सोच और जिन्हां ने बहुत डूंघाई नाल इहदे ते सर्च करके अज इस प्रोजेक्ट नूं पूरा किया तो जिथे उन्हां नूं वधाई दिंदा उत्थे माननीय मुख्यमंत्री साहब तो उन्हां दी समुची टीम का भी धन्यवाद करदा कि उन्हें इन्ना वड्डा प्रोजेक्ट नूं अज राष्ट्र नूं समर्पित किया। पंजाब के सबका कैबिनेट मंत्री बिक्रम सिंह मजीठिया ने कहा कि श्रोमणी अकाली दल बादल गुरु रविदास नाल संबंधित मंदिर नूं ढाए जाने के मामले च रविदास भाईचारे दे नाल है। उन्होंने कहा कि पार्टी प्रधान सुखबीर सिंह लगातार केंद्रीय मंत्रियों के संपर्क च हन तां जो इस मामले का ढुकवा हल कढ़िया जा सके। मजीठिया अज अदालती कंपलैक्स च आप दे संसद मैंबर संजय सिंह विरुद्ध दायर किए मानहानि के मामले च पेशी भुगतन आए सन। इस मौके वड्डी गिनती च अकाली आगू मौजूद सन। ਘਟਾਉਣਾ ਜਾਂ ਉਹਦੇ ਸਤਿਕਾਰ ਵਜੋਂ ਕੋਈ ਘੱਟ ਗੱਲ ਕਰਨੀ ਮੈਂ ਉਹਨੂੰ ਠੀਕ ਨਹੀਂ ਸਮਝਦਾ। ਡੈਮੋਕਰੇਸੀ 'ਚ ਹਰੇਕ ਇਨਸਾਨ ਨੂੰ ਇਹ ਅਧਿਕਾਰ ਹੈ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਕਰ ਸਕਦੇ ਆ ਔਰ ਮੈਂ ਜੋ ਭਗਤ ਰਵਿਦਾਸ ਜੀ ਦੇ ਸਥਾਨ ਬਾਰੇ ਜੋ ਮਸਲਾ ਸਾਰਾ ਖੜਾ ਹੋਇਆ ਮੈਂ ਆਪ ਭਗਤ ਰਵਿਦਾਸ ਜੀ ਦੇ ਉਸ ਸਥਾਨ ਦੀ ਜਿੱਥੇ ਉਹਨਾਂ ਦੇ ਆਪ ਕਰਨ ਪਏ ਹੈ ਔਰ ਜਿਹਨੂੰ ਢਹਿ ਢੇਰੀ ਕੀਤਾ ਗਿਆ ਉਹਦੀ ਬਹਾਲੀ ਔਰ ਜੋ ਰਵਿਦਾਸ ਭਾਈਚਾਰੇ ਦੀ ਡਿਮਾਂਡ ਹੈ ਉਸ 'ਤੇ ਮੈਂ ਵੀ ਸਹਿਮਤ ਹਾਂ ਔਰ ਮੈਂ ਵੀ ਚਾਹੂੰਗਾ ਕਿ ਉਹ ਭਾਵੇਂ ਦਿੱਲੀ ਦੀ ਸਰਕਾਰ ਹੈ ਭਾਵੇਂ ਉਹ ਕੇਂਦਰ ਦੀ ਸਰਕਾਰ ਹੈ ਸੁਪਰੀਮ ਕੋਰਟ 'ਚ ਦੇਖੋ ਕੀ ਪੱਖ ਰੱਖਿਆ ਗਿਆ ਨਹੀਂ ਰੱਖਿਆ ਗਿਆ ਕਾਨੂੰਨੀ ਮੈਨੂੰ ਉਸ ਗੱਲ ਦੀ ਸਮਝ ਨਹੀਂ ਹੈ ਮਗਰ ਸਹੀ ਪੱਖ ਰੱਖ ਕੇ ਜੋ ਧਾਰਮਿਕ ਭਾਵਨਾਵਾਂ ਨੇ ਇੱਕ ਸਾਰੇ ਸਮੁਦਾਇ ਦੀ ਉਹਦਾ ਸਤਿਕਾਰ ਕਰਦੇ ਹੋਏ ਸਾਰੇ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜਦ ਸਹੀ ਤੱਤ ਸੁਪਰੀਮ ਕੋਰਟ 'ਚ ਰੱਖੇ ਜਾਣਗੇ ਮੇਰੂ ਪੂਰਨ ਭਰੋਸਾ ਹੈ ਕਿ ਸੁਪਰੀਮ ਕੋਰਟ ਦਾ
ਸਾਰੀ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਫੈਸਲਾ ਸਹੀ ਆਊਗਾ। ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਕਾਲਜ ਵਿੱਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਤੋਂ ਬਾਅਦ ਗੋਲੀ ਚੱਲਣ ਨਾਲ ਦਿਲਰਾਜ ਸਿੰਘ ਨਾਮ ਦਾ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ 'ਚ ਆਪਸ ਕਲੈਸ਼ ਹੋਇਆ, ਇੱਕ ਦੂਜੇ ਦੇ ਪੋਸਟਰ ਵਗੈਰਾ ਪੜ੍ਹਨ ਨੂੰ ਲੈ ਕੇ। ਬੱਗੀ ਸਿੰਘ ਸਾਨੂੰ ਫਕਾਲਾ ਸਿੰਘ ਹੈ ਭਾਗੀ ਬੰਦਰ ਦਾ, ਇਹਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਅਤੇ ਇਹਦੇ 'ਚ 9 ਬੰਦੇ ਬਾਈ ਨੇਮ ਨੇ, 5-6 ਬੰਦਿਆਂ ਨੂੰ ਪਛਾਤੇ ਨੇ ਜਿਨ੍ਹਾਂ ਦੇ ਅਗੇਂਸਟ ਕੇਸ ਰਜਿਸਟਰ ਕੀਤਾ ਗਿਆ। ਟੀਚਰ ਕਿਹੜੇ ਕਿਹੜੇ ਸਰ ਨਾਮ ਬੰਦੇ ਇਹਦੇ ਵਿੱਚ? ਮੇਨ ਜਿਹੜਾ ਪ੍ਰਦੀਪ ਟੈਪੀ ਹੈ, ਇਸ 'ਤੇ ਪਹਿਲਾਂ ਕਤਲ ਦਾ ਕੇਸ ਦਰਜ ਹੈ, ਜਿਹਨੇ ਫਾਇਰ ਮਾਰਿਆ। ਬਾਕੀ ਗੋਰਾ ਹੈ, ਭਾਗੀ ਬੰਦਰ ਦਾ, ਕਾਲਾ ਮਾਨ ਜੋਧਪੁਰ ਦਾ, ਬੀਪੀ ਤਲਵੰਡੀ ਦਾ, ਇੱਕ ਜੱਗੀ ਹੈ ਮੇਨ ਜਿਹੜਾ ਪ੍ਰਧਾਨਗੀ ਦਾ ਦਾਅਵੇਦਾਰ ਬਣ ਰਿਹਾ ਸੀ, ਕਰਨੀ ਭਾਗੀ ਬੰਦਰ, ਰਜਿੰਦਰ ਗਹਿਲੇਵਾਲ ਅਤੇ ਹਰਪ੍ਰੀਤ ਗਿਆਨਾ ਬਾਈ ਨੇ ਮੈਂ 5-6 'ਚ ਅਨਪਛਾਤੇ। ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 24ਵਾਂ ਹਿੰਦ ਪਾਕ ਦੋਸਤੀ ਸੰਮੇਲਨ ਭਾਰਤ ਪਾਕ ਸੰਬੰਧਾਂ ਨੂੰ ਲੈ ਕੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਹਿੰਦ ਪਾਕ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫਮਾ ਇੰਡੀਆ, ਪੀਪਲਸ ਫੋਰਮ ਫਾਰ ਪੀਸ ਅਤੇ ਡੈਮੋਕ੍ਰੇਸੀ ਅਤੇ ਪੰਜਾਬ ਜਾਗਰਤੀ ਮੰਚ ਜਲੰਧਰ ਵੱਲੋਂ ਕੀਤੀ ਗਈ। ਇਸ ਮੌਕੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਵਿਦਵਾਨਾਂ ਨੇ ਹਿੱਸਾ ਲਿਆ ਅਤੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਹਿੰਦ ਪਾਕ ਦੋਸਤੀ ਮੰਚ ਦੇ ਜਨਰਲ ਸਕੱਤਰ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਨਕ, ਸਾਹਿਦਾ ਹਮੀਦ, ਸਿਧਾਰਥ ਵਰਧਾ ਰਾਜਨ, ਰਾਜ ਸਭਾ ਮੈਂਬਰ ਕੁਮਾਰ ਕੈਤਕਰ ਅਤੇ ਦੀਪਕ ਬਾਲੀ ਮੌਜੂਦ ਸਨ। ਬਠਿੰਡਾ ਵਿਖੇ ਪੁਲਿਸ ਨੇ ਲੱਖਾਂ ਦੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। SSP ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਨੀਲ ਕੁਮਾਰ ਉਰਫ ਸੋਨੂ ਕੋਲੋਂ ਜੁਲਾਈ ਮਹੀਨੇ 11 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਬੀਤੇ ਦਿਨੀ ਸੋਨੂ ਨੂੰ ਜੇਲ੍ਹ ਤੋਂ ਵਾਰੰਟ 'ਤੇ ਲਿਆਂਦਾ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਬਠਿੰਡਾ ਦੇ ਟਰਾਂਸਪੋਰਟ ਨਗਰ ਵਿੱਚ ਉਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ 2,34,000 ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਦੋਸ਼ੀ ਸੋਨੂ ਖਿਲਾਫ 8 ਮੁਕੱਦਮੇ ਪਹਿਲਾਂ ਤੋਂ ਹੀ ਦਰਜ ਹਨ। ਇੱਕ FIR ਦਰਜ ਹੋਈ ਸੀ ਮੌੜ ਥਾਣੇ ਦੀ 100/19 11 ਜੁਲਾਈ ਨੂੰ, ਜਿਹੜਾ ਪਹਿਲਾਂ 11 ਲੱਖ ਨੀਅਰਲੀ ਗੋਲੀਆਂ ਰਿਕਵਰ ਕੀਤੀਆਂ ਗਈਆਂ ਸੀ, ਅਲੱਗ ਅਲੱਗ ਤਰ੍ਹਾਂ ਦੀਆਂ ਟ੍ਰੈਮਾਡੋਲ ਐਂਡ ਐਲਪ੍ਰਾਜ਼ੋਲਮ, ਟੋਟਲ 10,67,000 ਗੋਲੀਆਂ ਰਿਕਵਰ ਕੀਤੀਆਂ ਗਈਆਂ ਸੀ। ਇਹ ਹੁਣ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਕਿ ਉਹੀ ਸੇਮ ਬੰਦਾ ਜਿਹੜਾ ਉਸ ਪਰਚੇ 'ਚ ਅਕਿਊਜ਼ਡ ਹੈ, ਉਹਨੇ ਕੁਛ ਹੋਰ ਵੀ ਸਮਾਨ ਮੰਗਵਾਇਆ ਹੋਇਆ ਜਿਹੜਾ ਇੱਥੇ ਟਰਾਂਸਪੋਰਟ ਨਗਰ 'ਚ ਕੋਠਾਰੀ ਟਰਾਂਸਪੋਰਟ ਹੈ ਉੱਥੇ ਸਟੋਰਡ ਹੈ, ਅਤੇ ਉਹਨੂੰ ਜੇ ਸਰਚ ਕੀਤਾ ਜਾਵੇ ਤਾਂ ਕਾਫੀ ਭਾਰੀ ਮਾਤਰਾ 'ਚ ਰਿਕਵਰੀ ਹੋ ਸਕਦੀ ਹੈ। ਉਹਨੂੰ ਜਦੋਂ ਸਰਚ ਕੀਤਾ ਗਿਆ ਨੀਅਰਲੀ 2,34,000 ਗੋਲੀਆਂ, 10 ਬੋਕਸਿਸਟ ਆਫ 23,400 ਈਚ ਉਹ ਰਿਕਵਰ ਹੋਈਆਂ ਸਾਰੀਆਂ ਟ੍ਰੈਮਾਡੋਲ ਦੀਆਂ। ਜਿਹੜਾ ਬ੍ਰਾਂਡ ਨੇਮ ਹੈ ਦੈਟ ਇਜ਼ ਟ੍ਰੀਡੋਲ 100 ਉਹ ਰਿਕਵਰ ਕਰ ਲਈ ਗਈ ਹੈ। ਬੰਦੇ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਕੱਲ੍ਹ ਲਿਆਂਦਾ ਗਿਆ ਸੀ ਜੇਲ੍ਹ 'ਚੋਂ, 3 ਦਿਨ ਦੀ ਰਿਮਾਂਡ 'ਤੇ, ਅਤੇ ਬਾਕੀ ਇਹਦੇ ਕੋਲੋਂ ਕੁਐਸ਼ਨਿੰਗ ਕਰਾਂਗੇ। ਜਿਹੜਾ ਟਰਾਂਸਪੋਰਟ ਵਾਲਾ ਬੰਦਾ ਹੈ ਉਹਦੇ ਐਗਜ਼ਾਮਿਨ ਕਰ ਰਹੇ ਹਾਂ ਕਿ ਕੀ ਰੋਲ ਹੈ, ਅਤੇ ਇਸ ਦੀ ਜਿਹੜੀ ਸੋਨੂ ਦੀ ਪ੍ਰੋਪਰਟੀ ਹੈ ਉਹ ਅਸੀਂ ਨੀਅਰਲੀ ਆਈਡੈਂਟੀਫਾਈ ਕਰ ਚੁੱਕੇ ਹਾਂ ਸਾਰੀ, ਅਤੇ ਉਹਦੀ ਪ੍ਰੋਪਰਟੀ ਅਟੈਚਮੈਂਟ ਵਾਸਤੇ ਵੀ ਕੇਸ ਭੇਜ ਰਹੇ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜੱਸਿਆਣਾ ਵਿਖੇ ਪਤੀ ਨੇ ਆਪਣੀ ਪਤਨੀ 'ਤੇ ਕਾਪੇ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਨੇ ਪਤਨੀ ਨਾਲ ਝਗੜਾ ਕਰਦਿਆਂ ਅਚਾਨਕ ਕਾਪੇ ਨਾਲ ਸਿਰ ਅਤੇ ਦੋਵੇਂ ਹੱਥਾਂ 'ਤੇ ਵਾਰ ਕੀਤੇ, ਜਿਸ ਕਾਰਨ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਮੰਗਾ ਸਿੰਘ ਨਾਮੀ ਉਕਤ ਪਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਪਤਨੀ ਨਾਲ ਅਕਸਰ ਉਸਦਾ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਨੇ ਪੀੜਤਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੇ ਦੇਸ਼ ਅੰਦਰ ਜਿੱਥੇ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ। ਮਲੇਰਕੋਟਲਾ ਵਿਖੇ ਪੁਲਿਸ ਵੱਲੋਂ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ, ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਮਲੇਰਕੋਟਲਾ ਦੇ DSP ਅਮਿਤ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੌਕਸੀ ਵਰਤੀ ਜਾ ਰਹੀ ਹੈ। ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨਸ ਦੇ ਸੰਬੰਧ ਵਿੱਚ ਜਿਹੜੀ ਹੈ ਤਾਂ ਕਿ ਲੋਕ ਅਮਨ ਅਮਾਨ ਔਰ ਪੀਸਫੁਲ ਤਰੀਕੇ ਦੇ ਨਾਲ ਹਿੰਦੁਸਤਾਨ ਭਰ ਦੇ ਵਿੱਚ, ਪੰਜਾਬ ਦੇ ਵਿੱਚ, ਖਾਸ ਕਰ ਮਲੇਰਕੋਟਲਾ ਦੇ ਵਿੱਚ ਜਿਹੜਾ ਆਜ਼ਾਦੀ ਦਿਵਸ ਨੂੰ ਸੁਚੱਜੇ ਔਰ ਬਿਲਕੁਲ ਪੀਸਫੁਲ ਵਾਤਾਵਰਨ ਦੇ ਵਿੱਚ ਮਨਾ ਸਕਣ, ਇਸ ਸੰਬੰਧੀ ਅਸੀਂ ਜਿਹੜੀਆਂ
ਸ਼ਰਾਰਤੀ ਅਨਸਰ ਭੈੜੇ ਅਨਸਰ ਨੇ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਲਈ ਅੱਜ ਸਪੈਸ਼ਲ ਚੈਕਿੰਗ ਅਭਿਆਨ ਜਿਹੜਾ ਸੀਨੀਅਰ ਆਫਿਸਰ ਸਾਹਿਬਾਨ ਦੀ ਹਿਦਾਇਤਾਂ ਦੇ ਉੱਤੇ ਚਲਾਇਆ, ਜਿਹਦੇ ਵਿੱਚ ਰੇਲਵੇ ਸਟੇਸ਼ਨ ਮਲੇਰਕੋਟਲਾ, ਬੱਸ ਸਟੈਂਡ ਮਲੇਰਕੋਟਲਾ ਔਰ ਲੀ ਪਲਾਜ਼ਾ ਜਿਹੜਾ ਮਾਲ ਹੈ ਮਲੇਰਕੋਟਲਾ ਸ਼ਹਿਰ ਦੇ ਅੰਦਰ, ਉਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਸਰਕਾਰੀ ਬਿਲਡਿੰਗਾਂ ਔਰ ਜਿਹੜੀਆਂ ਵਲਨਰੇਬਲ ਪਲੇਸਿਸ ਨੇ ਉਹਨਾਂ ਦੇ ਵਿੱਚ ਸਪੈਸ਼ਲ ਚੈਕਿੰਗ, ਸਪੈਸ਼ਲ ਨਾਕਾਬੰਦੀ ਔਰ ਜਿਹੜੀ ਹੈ ਰਾਤ ਨੂੰ ਪੈਟਰੋਲਿੰਗ ਇਹ ਜਿਹੜੀ ਹੈ ਕੀਤੀ ਜਾਏਗੀ। ਅੰਮ੍ਰਿਤਸਰ ਦੇ ਨੇੜੇ ਲੱਗਦੇ ਪਿੰਡ ਵੇਰਕਾ ਵਿਖੇ 16 ਸਾਲਾਂ ਪ੍ਰਭ ਕੀਰਤਨ ਸਿੰਘ ਦੇ ਕਤਲ ਦਾ ਮਾਮਲਾ ਪੁਲਿਸ ਨੇ 24 ਘੰਟੇ ਅੰਦਰ ਹੀ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਸਤੈਦੀ ਨਾਲ ਜਾਂਚ ਕਰਨ ਤੋਂ ਬਾਅਦ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਜਿਸ ਪਾਈਪ ਨਾਲ ਯੁਵਕ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ। ਦੀ ਰਾਤ ਨੂੰ ਇੱਕ ਇਨਫੋਰਮੇਸ਼ਨ ਮਿਲੀ SHO ਵੇਰਕਾ ਨੂੰ ਰਿਗਾਰਡਿੰਗ ਇੱਕ ਛੋਟਾ ਬੱਚਾ ਜਿਹੜਾ 16 ਸਾਲ ਦਾ ਉਹਦੇ ਮਿਸਿੰਗ ਹੋਣ ਬਾਰੇ, ਜਿਹੜਾ ਇਮੀਡੀਏਟਲੀ ਉਹਦੇ ਉੱਪਰ ਰਿਸਪੋਂਸ ਕਰਦੇ ਹੋਏ ACP ਈਸਟ ਸਰਦਾਰ ਜਸਪ੍ਰੀਤ ਸਿੰਘ ਸਮੇਤ SHO ਮੌਕੇ 'ਤੇ ਗਏ, ਜਿਹੜਾ ਉਹ ਚੈਕਿੰਗ ਦੌਰਾਨ ਲੋਕਾਂ ਦੇ ਨਾਲ ਹੀ ਹੈਲਪ ਦੌਰਾਨ ਉੱਥੋਂ ਪਤਾ ਕਰਦੇ ਹੋਏ ਜਿਹੜਾ ਉਹ ਸਾਰਾ ਪਤਾ ਲੱਗਾ ਸੀ ਇੱਕ ਲੜਕੇ ਦੀ ਜਿਹਦੀ ਉਹਦੀ ਡੈਥ ਕਰ ਦਿੱਤੀ ਮੌਤ ਕਰ ਦਿੱਤੀ ਸੀ। ਜਿਹੜੇ ਕੁਛ ਵਿਅਕਤੀਆਂ ਨੇ ਜੋ ਪਰਚਾ ਦਰਜ ਕੀਤਾ ਗਿਆ ਅੱਗੇ ਸਾਰਾ ਤਫਤੀਸ਼ ਕੀਤੀ ਗਈ ਹੈ, ਉਹਦੇ ਸੰਬੰਧ ਦੇ ਵਿੱਚ ਹੁਣ ਤੱਕ 3 ਮੁਲਜ਼ਮ ਜਿਹੜੇ ਉਹ ਕਾਬੂ ਕੀਤੇ ਗਏ ਹਨ। ਜਿਹੜਾ ਇੱਕ ਨਾਰਾਇਣ ਸਿੰਘ ਜਿਹੜਾ ਲੜਕਾ, 2 ਹੋਰ ਉਹਦੇ ਨਾਲ ਲੜਕੇ ਜਿਹੜੇ ਹੈਗੇ ਆ ਉਹ ਫੜੇ ਗਏ ਹਨ। ਬੇਸਿਕਲੀ ਇਸ ਚੀਜ਼ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੈਗੀ ਕਿ ਇਹ ਇੱਕ ਬ੍ਰੋਕਨ ਫੈਮਿਲੀਜ਼ ਦੇ ਨਾਲ ਰਿਲੇਟਡ ਇਹ ਲੜਕੇ ਸੀਗੇ, ਬੱਚੇ ਸਾਰੇ ਆਪਣੇ ਯੂਥ ਦੇ ਵਿੱਚ ਹਨ, ਛੋਟੀ ਏਜ ਦੇ ਜਵਾਨ ਅਜੇ ਹੈਗੇ, 18 ਸਾਲ ਦੀ ਉਮਰ ਦੇ ਲਾਗੇ 18-19 ਸਾਲ ਦੇ ਨੇ। ਇੱਕ ਦੇ ਫਾਦਰ ਦੇ ਉੱਪਰ ਆਲਰੇਡੀ NDPS ਦੇ ਪਰਚੇ ਵੀ ਦਰਜ ਹੋਇਆ ਹੋਇਆ, ਲੇਕਿਨ ਇਹ ਤਿੰਨੋਂ ਕੋਈ ਨਸ਼ਾ ਨਹੀਂ ਕਰਦੇ, ਲੇਕਿਨ ਇਸ ਇਹੋ ਜਿਹੀ ਫੈਮਿਲੀਜ਼ ਨਾਲ ਸੰਬੰਧਿਤ ਜਿੱਥੇ ਇੱਕ ਥੋੜ੍ਹਾ ਜਿਹਾ ਅਣਗਹਿਲੀ ਪਰਿਵਾਰ ਵੱਲੋਂ ਵਰਤੀ ਜਾਂਦੀ, ਬੱਚੇ ਆਪਣੇ ਹਿਸਾਬ ਨਾਲ ਰਹਿੰਦੇ ਨੇ, ਕੁਛ ਮੀਡੀਆ ਸੋਸ਼ਲ ਮੀਡੀਆ TV ਮੀਡੀਆ ਜਿਹੜਾ ਇਹਦੇ ਰਾਹੀਂ ਗਲਤ ਤਰੀਕੇ ਨਾਲ ਨੈਗੇਟਿਵਿਟੀ ਦੇ ਨਾਲ ਪ੍ਰਭਾਵਿਤ ਅਤੇ ਸ਼ੋਰਟ ਵੇ ਦੇ ਨਾਲ ਜਿਹੜਾ ਪੈਸਾ ਕਮਾਉਣ ਵਾਲੇ ਉਸ ਚੀਜ਼ ਨਾਲ ਪ੍ਰਭਾਵਿਤ ਹੋਏ ਸੀਗੇ, ਜਿਹਦੇ ਕਰਕੇ ਉਹਨਾਂ ਨੇ ਇਹੋ ਜਿਹਾ ਮਾੜਾ ਕਾਰਾ ਅੰਜਾਮ ਦਿੱਤਾ, ਜਿਸ ਦੇ ਵਿੱਚ ਉਸ 16 ਸਾਲ ਦੇ ਬੱਚੇ ਦੀ ਇਹਨਾਂ ਨੇ ਕਤਲ ਕੀਤਾ ਗਲਾ ਘੋਟ ਕੇ। ਜਿਸ ਗੱਡੀ ਦੇ ਵਿੱਚ ਉਹ ਲੈ ਕੇ ਗਏ ਉਹ ਮਰੂਤੀ ਕਾਰ ਵੀ ਬਰਾਮਦ ਕਰ ਲਈ ਗਈ ਹੈ, ਜਿਸ ਗੈਸ ਵਾਲੀ ਪਾਈਪ ਦੇ ਨਾਲ, ਇਹ ਗੈਸ ਵਾਲੀ ਪਾਈਪ ਨਾਲ ਉਹਨਾਂ ਨੇ ਉਹਦਾ ਗਲਾ ਘੋਟਿਆ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਧਾਰਮਿਕ ਜਥੇਬੰਦੀਆਂ, ਸਟੱਡੀ ਸਰਕਲਾਂ ਅਤੇ ਸਿੱਖ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਧਾਰਾ 370 ਅਤੇ ਸਰਕਾਰ ਦੇ ਫੈਸਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਲਖੀ ਬਰਕਰਾਰ ਹੈ। ਈਦ ਤੋਂ ਬਾਅਦ ਹੁਣ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ BSF ਅਤੇ ਪਾਕ ਰੇਂਜਰਾਂ ਵਿਚਾਲੇ ਅਟਾਰੀ ਵਾਹਗਾ ਸਰਹੱਦ 'ਤੇ ਮਿਠਾਈਆਂ ਦਾ ਆਦਾਨ ਪ੍ਰਦਾਨ ਨਹੀਂ ਹੋਇਆ। ਚੰਡੀਗੜ੍ਹ ਵਿੱਚ ਸਾਲ 2016 ਵਿੱਚ ਸਮੂਹਿਕ ਆਟੋ ਜਬਰ ਜਨਾਹ ਮਾਮਲੇ ਵਿੱਚ 2 ਦੋਸ਼ੀਆਂ ਨੂੰ ਤਾਂ ਉਮਰ ਦੀ ਸਜ਼ਾ ਸੁਣਾਈ ਗਈ ਹੈ। ਉਹ ਉਸ ਸਮੇਂ ਤੱਕ ਜੇਲ੍ਹ ਵਿੱਚ ਰਹਿਣਗੇ ਜਦੋਂ ਤੱਕ ਉਹਨਾਂ ਨੂੰ ਮੌਤ ਨਹੀਂ ਆ ਜਾਂਦੀ। ਕੋਰਟ ਨੇ ਦੋਵਾਂ 'ਤੇ ਭਾਰੀ ਜੁਰਮਾਨਾ ਵੀ ਲਗਾਇਆ ਹੈ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈੱਬ TV।